ਜ਼ਰੀਏ ਅਸੀਂ ਜਾਣਾਂਗੇ ਉਹ ਪੰਜ ਸਵਾਲ ਜਿਸ ਦੀ ਤਿਆਰੀ ਨਾਲ ਤੁਸੀਂ ਯੂ ਐਸ ਵੀਜ਼ਾ ਇੰਟਰਵਿਊ ਕਲੀਅਰ ਕਰ ਪਾਓਗੇ। ਤੁਸੀਂ ਅਕਸਰ ਦੇਖਿਆ ਹੈ ਲੋਕ ਜਾਂਦੇ ਹਨ, ਇੰਟਰਵਿਊ ਦਿੰਦੇ ਹਨ ਅਤੇ ਰਿਜੈਕਟ ਹੋ ਜਾਂਦੇ ਹਨ, ਉਹ ਵਾਰ ਵਾਰ ਟਰਾਈ ਕਰਦੇ ਹਨ। ਇਸ ਰਿਜੈਕਟ ਹੋਣ ਦਾ ਕਾਰਨ ਕੀ ਹੈ? ਕਿਉਂਕਿ ਉਹ ਪ੍ਰਿਪੇਅਰ ਨਹੀਂ ਕਰਕੇ ਜਾਂਦੇ, ਉਹਨਾਂ ਨੇ ਤਿਆਰੀ ਨਹੀਂ ਕੀਤੀ ਹੁੰਦੀ। ਇਹ ਪੰਜ ਸਵਾਲ ਤੁਹਾਨੂੰ ਇਸ ਇੰਟਰਵਿਊ ਵਾਸਤੇ ਤਿਆਰ ਕਰਨਗੇ। ਸਭ ਤੋਂ ਪਹਿਲਾ ਸਵਾਲ ਉਹ ਤੁਹਾਡੇ ਤੋਂ ਇਹ ਪੁੱਛਣਗੇ ਕਿ ਤੁਸੀਂ ਯੂ ਐਸ ਏ ਕਿਉਂ ਜਾਣਾ ਚਾਹੁੰਦੇ ਹੋ, ਵਾਈ ਯੂ ਐਸ, ਹੋਰ ਕੋਈ ਕੰਟਰੀ ਕਿਉਂ ਨਹੀਂ? ਇੱਥੇ ਕਾਫੀ ਲੋਕ ਬੋਲ ਦਿੰਦੇ ਹਨ ਕਿ ਯੂ ਐਸ ਬਹੁਤ ਵਧੀਆ ਕੰਟਰੀ ਹੈ, ਅਸੀਂ ਘੁੰਮਣਾ ਚਾਹੁੰਦੇ ਹਨ। ਪਰ ਤੁਸੀਂ ਉੱਥੇ ਦੀ ਚੀਜ਼ਾਂ ਦੱਸਦੀਆਂ ਹਨ ਕਿ ਅਸੀਂ ਸਟੈਚੂ ਆਫ ਲਿਬਰਟੀ ਜਾਣਾ ਚਾਹੁੰਦੇ ਹਾਂ, ਲਾਸ ਵੇਗਸ ਜਾਣਾ ਚਾਹੁੰਦੇ ਹਾਂ, ਅਸੀਂ ਆਪਣੀ ਐਨੀਵਰਸਰੀ ਜਾਂ ਬਰਥਡੇ ਉੱਥੇ ਸੈਲੀਬ੍ਰੇਟ ਕਰਨਾ ਚਾਹੁੰਦੇ ਹਾਂ, ਜੋ ਕਿਤੇ ਹੋਰ ਨਹੀਂ ਹੈ ਦੁਨੀਆ 'ਚ, ਅਸੀਂ ਉੱਥੇ ਹੀ ਜਾਣਾ ਚਾਹੁੰਦੇ ਹਾਂ, ਜਾਂ ਫਿਰ ਤੁਸੀਂ ਤੁਹਾਡਾ ਬੇਟਾ ਉੱਥੇ ਪੜ੍ਹ ਰਿਹਾ ਹੈ ਜਾਂ ਬੱਚਾ ਕੋਈ ਪੜ੍ਹ ਰਿਹਾ ਹੈ, ਉਹਦੇ ਕੋਲ ਜਾਣਾ ਚਾਹੁੰਦੇ, ਉਹਨੂੰ ਮਿਲਣ ਜਾਣਾ ਚਾਹੁੰਦੇ। ਹੁਣ ਦੂਸਰਾ ਮੇਨ ਸਵਾਲ, ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਯੂ ਐਸ ਤੋਂ ਇਲਾਵਾ ਹੋਰ ਕਿਹੜੀ ਕੰਟਰੀਜ਼ ਘੁੰਮੇ ਹੋਏ ਹੋ। ਉਹ ਸਿਰਫ ਇਹ ਜਾਣਨਾ ਚਾਹੁੰਦੇ ਹਨ ਕਿ ਤੁਸੀਂ ਕਿੰਨੀ ਵਾਰੀ ਇੰਡੀਆ ਤੋਂ ਬਾਹਰ ਗਏ ਹੋ ਅਤੇ ਵਾਪਸ ਆਏ ਹੋ। ਇਹਦੇ ਲਈ ਅਗਰ ਤੁਹਾਡੇ ਪਾਸਪੋਰਟਸ 'ਤੇ ਹੋਰ ਕੰਟਰੀਜ਼ ਜਿਵੇਂ ਕਿ ਸਿੰਗਾਪੁਰ, ਮਲੇਸ਼ੀਆ ਦੇ ਸਟੈਂਪਸ ਲੱਗੇ ਹੋਏ ਨੇ, ਇਹ ਤੁਹਾਨੂੰ ਬਹੁਤ ਹੈਲਪ ਕਰਨਗੇ। ਤੀਸਰਾ ਸਵਾਲ ਹੁਣ ਤੁਹਾਡੇ ਤੋਂ ਪੁੱਛਣਗੇ, ਤੁਸੀਂ ਇੰਡੀਆ ਵਿੱਚ ਕੀ ਕਰਦੇ ਹੋ? ਇਸ ਵਿੱਚ ਉਹ ਤੁਹਾਡਾ ਫਾਈਨੈਂਸ਼ੀਅਲ ਸਟੈਬਿਲਿਟੀ ਜਾਣਨਾ ਚਾਹੁੰਦੇ ਹਨ। ਤੁਸੀਂ ਇਹਦੇ ਵਿੱਚ ਆਪਣਾ ਜੋਬ ਬਾਰੇ ਦੱਸਣਾ ਹੈ, ਸਲਾਨਾ ਕਿੰਨਾ ਕਮਾਈ ਹੈ ਉਹ ਦੱਸਣਾ ਹੈ, ਔਰ ਸਪੋਰਟਿੰਗ ਡਾਕੂਮੈਂਟਸ ਇਹਦੇ ਵਾਸਤੇ ਤੁਸੀਂ ਲੈ ਕੇ ਜਾ ਸਕਦੇ ਹੋ, ਆਪਣੀ ਜੋਬ ਲੈਟਰ, ਸੈਲਰੀ ਸਲਿਪਸ ਅਤੇ ਬੈਂਕ ਸਟੇਟਮੈਂਟ। ਹੁਣ ਚੌਥਾ ਸਵਾਲ ਤੀਜੇ ਸਵਾਲ ਦੀ ਐਕਸਟੈਂਸ਼ਨ ਹੋਏਗੀ। ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਕਿ ਤੁਸੀਂ ਇੰਡੀਆ ਵਾਪਸ ਆਓਗੇ, ਔਰ ਇਨਡਾਇਰੈਕਟਲੀ ਤੁਹਾਨੂੰ ਪੁੱਛਣਗੇ ਕਿ ਇੰਡੀਆ ਵਿੱਚ ਪਿੱਛੇ ਕੌਣ ਕੌਣ ਹੈ, ਤੁਹਾਡੇ ਬੱਚੇ ਇੰਡੀਆ ਵਿੱਚ ਹਨ, ਤੁਹਾਡਾ ਬਿਜ਼ਨਸ ਹੈ, ਤੁਹਾਡੀ ਗੌਰਮੈਂਟ ਜੋਬ ਹੈ ਜਿਹਦੇ ਲਈ ਤੁਸੀਂ ਵਾਪਸ ਆਓਗੇ, ਇੰਨੀ ਪ੍ਰੋਪਰਟੀ ਹੈ ਜਿਹਦੀ ਤੁਸੀਂ ਦੇਖਭਾਲ ਕਰਨੀ ਹੈ, ਅਤੇ ਇਸ ਆਨਸਰ ਵਿੱਚ ਤੁਸੀਂ ਇਹਦੇ 'ਤੇ ਸਾਰਾ ਐਮਫੋਸਿਸ ਕਰਨਾ। ਹੁਣ ਪੰਜਵਾਂ ਸਵਾਲ ਉਹ ਤੁਹਾਡੇ ਤੋਂ ਇਹ ਜਾਣਨਾ ਚਾਹੁੰਗੇ, ਤੁਸੀਂ ਉੱਥੇ ਕਿਹਦੇ ਕੋਲ ਜਾ ਰਹੇ ਹੋ? ਜਿੱਥੇ ਤੁਸੀਂ ਆਪਣੀ ਐਪਲੀਕੇਸ਼ਨ 'ਚ ਮੈਂਸ਼ਨ ਕੀਤਾ ਹੈ ਕਿ ਤੁਸੀਂ ਕਿਸੇ ਰਿਲੇਟਿਵ ਕੋਲ ਜਾ ਰਹੇ ਹੋ ਜਾਂ ਆਪਣੇ ਬੱਚੇ ਕੋਲ ਜਾ ਰਹੇ ਹੋ, ਅਤੇ ਉਹਦੇ ਬਾਰੇ ਹੀ ਦੱਸਣਾ। ਅਤੇ ਜੇ ਨਹੀਂ ਕੀਤਾ ਤਾਂ ਆਪਣਾ ਇੱਕ ਫਸਟ ਡੈਸਟੀਨੇਸ਼ਨ ਜਿੱਥੇ ਤੁਸੀਂ ਘੁੰਮਣ ਜਾਣਾ ਹੈ ਉਹਦੇ ਆਸ ਪਾਸ ਕਿਸੇ ਹੋਟਲ ਬਾਰੇ ਦੱਸਣਾ ਜਿਹਦੀ ਤੁਸੀਂ ਬੁਕਿੰਗ ਕਰਾਈ ਹੈ। ਅਤੇ ਫਰੈਂਡਸ, ਲਾਸਟ ਵਿੱਚ ਮੈਂ ਇਹ ਕਹਾਂਗੀ ਕਿ ਅਗਰ ਤੁਸੀਂ ਇਹਨਾਂ ਪੰਜ ਸਵਾਲਾਂ ਦੇ ਜ਼ਰੀਏ ਉਹਨਾਂ ਨੂੰ ਕਨਵਿੰਸ ਕਰ ਦਿੱਤਾ ਕਿ ਤੁਸੀਂ ਯੂ ਐਸ ਘੁੰਮ ਕੇ ਵਾਪਸ ਆਓਗੇ, ਤੁਹਾਡੀ ਯੂ ਐਸ ਐਪਲੀਕੇਸ਼ਨ ਕੋਈ ਨਹੀਂ ਰੋਕ